ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 26 ਸਤੰਬਰ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵੈਸਚਨ ਨੰਬਰ 1 ਹਾਲ ਹੀ ਵਿੱਚ ਜੀ 4 ਯਾਨੀ ਕਿ ਗਰੁੱਪ 4 ਦੀ ਵਿਦੇਸ਼ ਮੰਤਰੀ ਮੀਟਿੰਗ ਕਿੱਥੇ ਹੋਈ ਗਰੁੱਪ 4 ਦਾ ਮੀਨਿੰਗ ਭਾਰਤ ਜਾਪਾਨ ਬ੍ਰਾਜ਼ਿਲ ਅਤੇ ਜਰਮਨੀ ਇਹਨਾਂ ਦੀ ਵਿਦੇਸ਼ ਮੰਤਰੀ ਮੀਟਿੰਗ ਹੋਈ ਆ ਨਿਊਯਾਰਕ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਠੀਕ ਹੈ ਹੁਣ ਅਸੀਂ ਵਿਦੇਸ਼ ਮੰਤਰੀ ਦੀ ਗੱਲ ਕੀਤੀ ਹੈ ਤਾਂ ਐਟ ਪ੍ਰੈਜ਼ੈਂਟ ਸਾਡੇ ਵਿਦੇਸ਼ ਮੰਤਰੀ ਕੌਣ ਨੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਨੈਕਸਟ ਕੁਐਸਚਨ ਹਾਲ ਹੀ ਵਿੱਚ ਜਾਰੀ ਰਿਪੋਰਟ ਦੇ ਅਨੁਸਾਰ ਭਾਰਤ ਦੇ ਕਿਸ ਸ਼ਹਿਰ ਵਿੱਚ ਅਰਬਪਤੀ ਵਿਅਕਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਹਾਂਜੀ ਰੀਸੈਂਟਲੀ ਇੱਕ ਰਿਪੋਰਟ ਕੱਢੀ ਗਈ ਆ ਤੇ ਜਿਹੜੀ ਰਿਪੋਰਟ ਕੱਢੀ ਗਈ ਆ ਆਈ ਆਈ ਐਫ ਐਲ ਵੈਲਥ ਵਰੁਨ ਇੰਡੀਆ ਰਿਚ ਲਿਸਟ ਦੁਆਰਾ ਕੱਢੀ ਗਈ ਆ ਜਿਸ ਦੇ ਅਕੋਰਡਿੰਗ ਇੰਡੀਆ ਦੇ ਸਭ ਤੋਂ ਅਮੀਰ ਵਿਅਕਤੀ ਆ ਗੌਤਮ ਅਡਾਨੀ ਤੇ ਸੈਕਿੰਡ ਤੇ ਆ ਮੁਕੇਸ਼ ਅੰਬਾਨੀ ਅਤੇ ਇੰਡੀਆ ਦੀ ਸੈਲਫ ਮੇਡ ਬਲੈਨੀਆਰਾ ਨਾਇਕਾ ਦੀ ਇੱਕ ਫਾਊਂਡਰ ਫਾਲਗੁਨੀ ਨਾਇਰ ਠੀਕ ਹੈ ਤੇ ਹੁਣ ਇਸ ਦੇ ਵਿੱਚ ਇਹ ਜਿਹੜੀ ਰਿਪੋਰਟ ਕੱਢੀ ਗਈ ਆ ਅਰਬਪਤੀ ਵਿਅਕਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਕਿਹੜੇ ਸ਼ਹਿਰ ਵਿੱਚ ਆ ਮੂਵਈ ਦੇ ਵਿੱਚ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹਾਂਜੀ ਅਸੀਂ ਅਗਲਾ ਪ੍ਰਸ਼ਨ ਕਰਦੇ ਹਾਂ ਇਸ ਵੀਡੀਓ ਦਾ ਹਾਲ ਹੀ ਵਿੱਚ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਵਜੋਂ ਅਪੁਆਇੰਟ ਕੀਤੇ ਗਏ ਆ ਦਿਲੀਪ ਢਿਰਕੀ ਆਪਸ਼ਨ ਨੰਬਰ ਬੀ ਇਜ਼ ザ ਰਾਈਟ ਆਨਸਰ ਦਿਲੀਪ ਢਿਰਕੀ ਇਹ ਭਾਰਤ ਦੇ ਸਾਬਕਾ ਹਾਕੀ ਕਪਤਾਨ ਆ ਤੇ ਇਹਨਾਂ ਨੂੰ ਹੀ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਵਜੋਂ ਅਪੁਆਇੰਟ ਕੀਤਾ ਗਿਆ ਹਾਂਜੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਦੋ ਰਿਹਾਈ ਸੀ ਵਰਚੁਅਲ ਕਾਨਫਰੰਸ ਸਿੰਫੋਨੀ ਕਿਸ ਨੇ ਲਾਂਚ ਕੀਤਾ ਹਾਂਜੀ ਦੋ ਰਿਹਾਈ ਸੀ ਵਰਚੁਅਲ ਕਾਨਫਰੰਸ ਸਿੰਫੋਨੀ ਕਿਸ ਨੇ ਲਾਂਚ ਕੀਤਾ ਇਹ ਲਾਂਚ ਕੀਤਾ ਜੀ ਕ੍ਰਿਸ਼ਨ ਰੇਡੀ ਸਾਡੇ ਕੇਂਦਰੀ ਮੰਤਰੀ ਆ ਤੇ ਇਹਨਾਂ ਨੇ ਲਾਂਚ ਕੀਤਾ ਇਹ ਕਿਉਂ ਲਾਂਚ ਕੀਤਾ ਗਿਆ ਵਾ ਪੂਰਬ ਉੱਤਰ ਭਾਰਤ ਦੇ ਵਿੱਚ ਬੇਰੁਜ਼ਗਾਰ ਦੇ ਹਿੱਸੇ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਰੋਡ ਮੈਪ ਤਿਆਰ ਕੀਤਾ ਗਿਆ ਵਾ ਤੇ ਉਸ ਦਾ ਨਾਮ ਹੀ ਆ ਸਿੰਫੋਨੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹਾਂਜੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤ ਅਤੇ ਕਿਹੜਾ ਦੇਸ਼ ਸप्तकोशी ਉੱਚ ਡੈਮ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਇਆ ਹਾਂਜੀ ਦੇਖੋ ਨੇਪਾਲ ਦੀ ਸਤਤਕੋਸ਼ੀ ਨਦੀ ਤੇ ਬਣਨ ਵਾਲੀ ਇਹ ਬਹੁ ਪਰਦੇਸੀ ਸਤਤਕੋਸ਼ ਉੱਚ ਜਾਂ ਕਹਿ ਸਕਦੇ ਇਹਨਾਂ ਨੂੰ ਉੱਚ ਡੈਮ ਪ੍ਰੋਜੈਕਟ ਠੀਕੇ ਬਣ ਰਿਹਾ ਸੀਗਾ ਤੇ ਇਸ ਨੂੰ ਹੁਣ ਅੱਗੇ ਵਧਾਉਣ ਦੀ ਵਧਾਉਣ ਦੇ ਲਈ ਭਾਰਤ ਅਤੇ ਨੇਪਾਲ ਸਹਿਮਤ ਹੋ ਗਏ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਕੀਤੀ ਹੈ ਨੇਪਾਲ ਦੀ ਤਾਂ ਨੇਪਾਲ ਦੀ ਕੈਪੀਟਲ ਕੀ ਆ ਕਾਟਮਾਂਡੂ ਇੱਥੋਂ ਦੀ ਕਰੰਸੀ ਆ ਨੇਪਾਲੀ ਰੁਪਇਆ ਇਥੋਂ ਦੇ ਪ੍ਰੈਜ਼ੀਡੈਂਟ ਆ ਵਿਦਿਆਦੇਵੀ ਭੰਡਾਰੀ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਸੇਰ ਬਹਾਦਰ ਦੇਵੂਆ ਤੇ ਨੇਪਾਲ ਦੇ ਵਿੱਚ ਕ੍ਰਿਕਟ ਮਨੋਜ ਪਰਬਕਰ ਨੇਪਾਲ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਭਾਰਤ ਅਤੇ ਨੇਪਾਲ ਵਿਚਕਾਰ ਭਾਰਤ ਗੌਰਵ ਟੂਰਿਸਟ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਇਨਾ ਕੀਤਾ ਗਿਆ ਸਾਰਕ ਦਾ ਮੁੱਖ ਦਫ਼ਤਰ ਕਾਠਮਾਂਡੂ ਦੇ ਵਿੱਚ ਆ ਤੇ ਨੇਪਾਲ ਦੀ ਸੰਸਦ ਦਾ ਨਾਮਾ ਰਾਸ਼ਟਰੀ ਸੰਸਦ ਜਾਂ ਰਾਸ਼ਟਰੀ ਪੰਚਾਇਤ ਹੈ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਵੈਰੀ ਇੰਪੋਰਟੈਂਟ ਠੀਕ ਹੈ ਇਹ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹਾਂਜੀ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ ਹਾਲ ਹੀ ਵਿੱਚ ICMR ਹਾਲ ਹੀ ਵਿੱਚ ICMR ਜਾਨੀ ਕਿ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਕਿੰਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ ICMR ਦੇ ਡਾਇਰੈਕਟਰ ਜਨਰਲ ਬਣੇ ਆ ਰਾਜੀਵ ਬਹਿਲ ਆਪਸ਼ਨ ਨੰਬਰ A ਇਜ਼ ਅ ਰਾਈਟ ਆਨਸਰ ਠੀਕ ਹੈ ICMR ਜਾਨੀ ਕਿ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਇਸ ਦੀ ਸਥਾਪਨਾ ਕਦੋਂ ਹੋਈ ਸੀ 1911 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਕਿੱਥੇ ਆ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਡਾਇਰੈਕਟਰ ਜਨਰਲ ਤਾਂ ਇਹੀ ਬਣ ਗਏ ਨੇ ਡਾਕਟਰ ਅਜੀਵ ਬਹੈਲ ਨੈਕਸਟ ਹਾਂਜੀ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਸਫਲ ਫੋਲੀਅਰ ਹੈਡ ਟ੍ਰਾਂਸਪਲੈਂਟ ਕਿੱਥੇ ਕੀਤਾ ਗਿਆ ਸੀ ਹਾਂਜੀ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਭਾਰਤ ਦਾ ਪਹਿਲਾ ਸਫਲ ਫੋਲੀਅਰ ਹੈਡ ਟ੍ਰਾਂਸਪਲੈਂਟ ਕਿੱਥੇ ਸਥਾਪਿਤ ਕੀਤਾ ਗਿਆ ਹੈ ਇਹ ਕੇਰਲ ਦੇ ਕੋਚੀ ਦੇ ਵਿੱਚ ਅਮ੍ਰਿਤਾ ਹਸਪੀਟਲ ਦੇ ਵਿੱਚ ਸਫਲ ਫੋਲੀਅਰ ਹੈਂਡ ਟ੍ਰਾਂਸਪਲੈਂਟ ਹਾਲ ਹੀ ਵਿੱਚ ICMR ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ ICMR ਜਾਨੀ ਕਿ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਦੇ ਨਵੇਂ ਡਾਇਰੈਕਟਰ ਜਨ ਵਜੋਂ ਪੁਆਇੰਟ ਹੋਇਆ ਡਾਕਟਰ ਆਜੀਵ ਬਹਿਲ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਠੀਕ ਹੈ ਹੁਣ ਅਸੀਂ ਗੱਲ ਕੀਤੀ ਆ ICMR ਜਾਨੀ ਕਿ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਇਸ ਦੀ ਸਥਾਪਨਾ ਕਦੋਂ ਹੋਈ ਸੀ 1911 ਦੇ ਵਿੱਚ ਇਸ ਦਾ ਹੈੱਡ ਕੁਆਟਰ ਆ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਜ਼ ਦੇ ਡਾਇਰੈਕਟਰ ਜਨਲ ਤਾਂ ਇਹੀ ਬਣ ਗਏ ਨੇ ਡਾਕਟਰ ਆਜੀਵ ਬਹਿਲ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਹਾਂਜੀ ਭਾਰਤ ਦਾ ਪਹਿਲਾ ਸਫਲ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਸਫਲ ਫੋਲੀਅਰ ਹੈਂਡ ਟ੍ਰਾਂਸਪਲੈਂਟ ਜਾਨੀ ਕਿ ਫੁੱਲ ਆਰਮ ਟ੍ਰਾਂਸਪਲੈਂਟ ਕਿੱਥੇ ਕੀਤਾ ਗਿਆ ਹੈ ਹਾਂਜੀ ਭਾਰਤ ਦਾ ਪਹਿਲਾ ਫੁੱਲ ਆਰਮ ਟ੍ਰਾਂਸਪਲੈਂਟ ਕਿੱਥੇ ਕੀਤਾ ਗਿਆ ਹੈ ਕੇਰਲ ਦੇ ਕੋਚੀ ਦੇ ਵਿੱਚ ਅਮਿਰਤਾ ਹਸਪੀਟਲ ਦੇ ਵਿੱਚ ਕੀਤਾ ਗਿਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਕਰ ਰਹੇ ਹਾਂ ਕੇਰਲ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੀ ਹੈ ਰੇ ਕੇਰਲ ਦੀ ਕੈਪੀਟਲ ਕੀ ਹੈ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਆ ਪਿੰਰਈ ਵਿਜੀਯਨ ਇੱਥੋਂ ਦੇ ਗਵਰਨਰ ਆ ਆਰ ਐਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਈਮੂਡੀ 16 ਨੈਸ਼ਨਲ ਪਾਰਕ ਆ ਮੱਤੀਕੇਤਨ 16 ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਪਵਡਮ 16 ਨੈਸ਼ਨਲ ਪਾਰਕ ਆ ਐਰਬੀਗੁਲਮ ਨੈਸ਼ਨਲ ਪਾਰਕ ਆ ਪੈਰੀਆਰ ਨੈਸ਼ਨਲ ਪਾਰਕ ਆ ਸੰਤੋਸ਼ ਟਰੋਫੀ 2022 ਦਾ ਕਿਤਾਬ ਕੇਰਲ ਨੇ ਪੱਛਮੀ ਬੰਗਾਲ ਨੂੰ ਹਰਾ ਕੇ ਜਿੱਤਿਆ ਪਹਿਲੇ ਖੇਡ ਕੇਰਲ 올림픽 ਖੇਡ ਤ੍ਰਿਵੰਤਮਪੁਰਮ ਦੇ ਵਿੱਚ ਸ਼ੁਰੂ ਹੋਏ ਕੇਰਲ ਸਰਕਾਰ ਨਿਰਪੱਖ ਖੇਤੀ ਵਿਧੀਆਂ ਨੂੰ ਪੇਸ਼ ਕਰਨ ਵਾਲਾ ਪਹਿਲਾ ਰਾਜ ਬਣਿਆ ਕੇਰਲ ਦੇ ਵਿੱਚ ਭਾਰਤ ਦਾ ਪਹਿਲਾ ਗ੍ਰਾਫੀਨ ਇਨੋਵੇਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਕੇਰਲ ਨੂੰ ਪਹਿਲਾ ਵਿਗਿਆਨਿਕ ਪਾਂਸ਼ੀ ਐਟਲਸ ਮਿਲਿਆ ਗਰਮ ਮਸਾਲੇ ਕਾਲੀ ਮਿਰਚ ਗਦਾਲ ਚੀਨੀ ਲੌਂਗ ਆਦਿ ਉਪਜ ਵਿੱਚ ਕੇਰਲ ਮੋਹਰੀ ਰਾਜਾ ਪରିਵਰਤਨਮ ਯੋਜਨਾ ਕੇਰਲ ਦੇ ਵਿੱਚ ਸ਼ੁਰੂ ਹੋਈ ਇਹ ਮਸ਼ਵਾਰੀਆਂ ਦੇ ਲਈ ਆ ਪਦਮ ਸੈਲੀ ਦੇ ਪੁਰਸਕਾਰ ਸਥਾਪਿਤ ਕਰਨ ਦੀ ਘੋਸ਼ਣਾ ਕੇਰਲ ਦੇ ਵਿੱਚ ਹੋਈ ਤਿਰੰਗਾ ਪਹਿਲ ਕੇਰਲ ਦੇ ਵਿੱਚ ਸ਼ੁਰੂ ਕੀਤੀ ਗਈ ਐਸ ਡੀਜ਼ ਇੰਡੈਕਸ ਦੇ ਵਿੱਚ ਕੇਰਲ ਟੌਪ ਤੇ ਆ ਤੇ ਐਚ ਡੀ ਐਫ ਸੀ ਬੈਂਕ ਨੇ ਕੋਜੀਕੋਡ ਦੇ ਵਿੱਚ ਇੱਕ ਸਾਖਾ ਖੋਲੀ ਹੈ ਐਚ ਡੀ ਐਫ ਸੀ ਦੀ ਜਿਸ ਦੇ ਵਿੱਚ ਸਿਰਫ ਤੇ ਸਿਰਫ ਮਹਿਲਾ ਕਰਮਚਾਰੀਆਂ ਚਾਰੀ ਹੀ ਕੰਮ ਕਰਦੇ ਆ ਠੀਕ ਹੈ ਕੇਰਲ ਸਰਕਾਰ GST ਚੋਰੀ ਰੋਕਣ ਲਈ ਮੋਬਾਈਲ ਐਪ ਲਾਂਚ ਕਰੇਗੀ ਕੇਰਲ ਨੇ ਆਂਗਣਵਾੜੀ ਬੱਚਿਆਂ ਲਈ ਅੰਡੇ ਅਤੇ ਦੁੱਧ ਦੀ ਯੋਜਨਾ ਸ਼ੁਰੂ ਕੀਤੀ ਕੇਰਲ ਆਨਲਾਈਨ ਸਰਕਾਰੀ ਟੈਕਸੀ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣਿਆ ਟਾਟਾ ਪਾਵਰ ਨੇ ਕੇਰਲ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਲਾਂਚ ਕੀਤਾ ਕੇਰਲ ਦੀ ਰਾਜ ਸਰਕਾਰ ਨੇ ਸੁਰੱਖਿਆ ਮਿੱਤਰ ਪ੍ਰੋਜੈਕਟ ਲਾਂਚ ਕੀਤਾ ਹਾਂਜੀ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਜਦੋਂ ਦੇਸ਼ ਭਾਰਤ ਚ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਗਿਆ ਹਾਂਜੀ ਇਥੇ ਕਦੋਂ ਆਉਣ ਹੈ ਠੀਕ ਹੈ ਹਾਲ ਹੀ ਵਿੱਚ ਕਦੋਂ ਦੇਸ਼ ਭਰ ਦੇ ਵਿੱਚ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਗਿਆ ਤੇ ਮਨਾਇਆ ਗਿਆ 23 ਸਤੰਬਰ ਨੂੰ ਹਾਂਜੀ 23 ਸਤੰਬਰ ਨੂੰ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਸੰਕੇਤਿਕ ਭਾਸ਼ਾ ਦਿਵਸ ਮਨਾਇਆ ਗਿਆ ਜਾਨੀ ਕਿ ਸਾਈਨ ਲੈਂਗੁਏਜ ਡੇ ਮਨਾਇਆ ਗਿਆ ਤੇ 23 ਸਤੰਬਰ ਨੂੰ ਹੀ ਰਾਸ਼ਟਰੀ ਸਿਨੇਮਾ ਦਿਵਸ ਵੀ ਮਨਾਇਆ ਗਿਆ ਅਸਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮੂਵੀ ਥੀਏਟਰ ਬੰਦ ਰਹੇ ਇਸ ਕਰਕੇ ਜੋ ਮੂਵੀ ਥੀਏਟਰ ਦੇ ਮਾਲਕ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਲਾਸ ਹੋਇਆ ਹੁਣ ਜੋ ਫਿਲਮ ਪ੍ਰੇਮੀ ਆ ਉਹਨਾਂ ਨੂੰ ਫਿਰ ਤੋਂ ਥੀਏਟਰ ਦੇ ਨਾਲ ਜੋੜਨ ਦੇ ਲਈ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਤਾਂ ਨਹੀਂਗਾ ਠੀਕ ਹੈ ਰਾਸ਼ਟਰੀ ਹੈ ਰਾਸ਼ਟਰੀ ਸਿਨੇਮਾ ਦਿਵਸ 23 ਸਤੰਬਰ ਨੂੰ ਮਨਾਇਆ ਗਿਆ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੁਣ ਅਸੀਂ ਗੱਲ ਕੀਤੀ ਹੈ ਸਤੰਬਰ ਦੇ ਇੰਪੋਰਟੈਂਟ ਡੇ ਦੇ ਬਾਰੇ ਤਾਂ ਰੀਸੈਂਟਲੀ ਜਿੰਨੇ ਵੀ ਇੰਪੋਰਟੈਂਟ ਡੇ ਸਤੰਬਰ ਦੇ ਵਿੱਚ ਮਨਾਏ ਗਏ ਆ ਮੈਂ ਬਿਲਕੁਲ ਸੀਕੁਐਂਸ ਵਾਈਜ਼ ਨੋਟ ਕਰ ਦਿੱਤੇ ਨੇ ਅਸੀਂ ਰਿਵਾਈਜ਼ ਕਰ ਲੈਣੇ ਆ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਰਾਸ਼ਟਰੀ ਸਕਾਈਸਕ੍ਰੈਪਰ ਦਿਵਸ ਮਨਾਇਆ ਗਿਆ ਤੇ ਅੰਤਰਰਾਸ਼ਟਰੀ ਗਿਰਜ਼ ਜਾਗਰੂਕਤਾ ਦਿਵਸ ਮਨਾਇਆ ਗਿਆ 5 ਸਤੰਬਰ ਨੂੰ ਅੰਤਰਰਾਸ਼ਟਰੀ ਚੈਰਿਟੀ ਦਿਵਸ ਮਨਾਇਆ ਗਿਆ 7 ਸਤੰਬਰ ਨੂੰ ਬ੍ਰਾਜ਼ੀਲ ਦਾ ਸਤੰਤਰਤਾ ਦਿਵਸ ਮਨਾਇਆ ਗਿਆ ਤੇ ਨੀਲੇ ਆਸਮਾਨ ਦੇ ਲਈ ਅੰਤਰਰਾਸ਼ਟਰੀ ਸਾਫ਼ ਹਵਾ ਦਿਵਸ ਮਨਾਇਆ ਗਿਆ। 8 ਸਤੰਬਰ ਨੂੰ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ ਤੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਦੇ ਨਾਲ-ਨਾਲ ਅੰਤਰਰਾਸ਼ਟਰੀ ਸਾਖਰਤਾ ਦਿਵਸ ਵੀ ਮਨਾਇਆ ਗਿਆ। 9 ਸਤੰਬਰ ਨੂੰ ਹਿਮਾਲਿਆ ਦਿਵਸ ਮਨਾਇਆ ਗਿਆ। 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਗਿਆ। 11 ਸਤੰਬਰ ਨੂੰ ਦੇਸ਼ ਭਗਤ ਦਿਵਸ ਮਨਾਇਆ ਗਿਆ। ਅਤੇ ਰਾਸ਼ਟਰੀ ਜੰਗਲ ਸ਼ਹੀਦ ਦੇਵਸ ਮਨਾਇਆ ਗਿਆ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ 15 ਸਤੰਬਰ ਨੂੰ ਅੰਤਰਰਾਸ਼ਟਰੀ ਲੋਕਤੰਤਰ ਦੇਵਸ ਤੇ ਇੰਜੀਨੀਅਰਿੰਗ ਦਿਵਸ ਮਨਾਇਆ ਗਿਆ 16 ਸਤੰਬਰ ਨੂੰ ਵਿਸ਼ਵ ਉਯੋਗ ਦਿਵਸ ਮਾਰਨ ਮਨਾਇਆ ਗਿਆ ਵੈਰੀ ਵੈਰੀ ਇੰਪੋਰਟੈਂਟ 17 ਸਤੰਬਰ ਨੂੰ ਵਿਸ਼ਵ ਰੋਗੀ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਰੈੱਡ ਪਾਂਡਾ ਦਿਵਸ ਮਨਾਇਆ ਗਿਆ 18 ਸਤੰਬਰ ਨੂੰ ਵਿਸ਼ਵ ਵਾਸ ਦਿਵਸ ਮਨਾਇਆ ਗਿਆ ਆਂਤਰਾਸ਼ਟਰੀ ਵਸਤੂਆਂ ਦਾ ਭੁਗਤਾਨ ਦਿਵਸ ਮਨਾਇਆ ਗਿਆ 21 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ 22 ਸਤੰਬਰ ਨੂੰ ਵਿਸ਼ਵ ਗੈਂਡਾ ਦਿਵਸ ਮਨਾਇਆ ਗਿਆ 23 ਸਤੰਬਰ ਨੂੰ ਵਿਸ਼ਵ ਸੰਕੇਤਿਕ ਭਾਸ਼ਾ ਦਿਵਸ ਮਨਾਇਆ ਗਿਆ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਭਾਰਤ ਦੇ ਵਿੱਚ ਸੋਲਰ ਫਾਰਮ ਸਥਾਪਿਤ ਕਰਨ ਵਾਲੀ ਪਹਿਲੀ ਕੰਪਨੀ ਕਿਹੜੀ ਬਣ ਗਈ ਹਾਂਜੀ ਭਾਰਤ ਦੇ ਵਿੱਚ ਸੋਲਰ ਫਾਰਮ ਸਥਾਪਿਤ ਕਰਨ ਵਾਲੀ ਪਹਿਲੀ ਕੰਪਨੀ ਬਣੀ ਆ Amazon ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਐਮਾਜ਼ਨ ਨੇ ਰਾਜਸਥਾਨ ਦੇ ਵਿੱਚ ਤਿੰਨ ਨਵੇਂ ਸੋਲਰ ਫਾਰਮ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਆ ਤੇ ਐਮਾਜ਼ਨ ਦਾ ਇਹ ਟਾਰਗੇਟ ਆ ਕਿ 2025 ਤੱਕ ਐਮਾਜ਼ਨ 100% ਰਿਨਿਊਏਬਲ એનર્ਜੀ ਦਾ ਯੂਜ਼ ਕਰੇਗਾ ਹੁਣ ਅਸੀਂ ਗੱਲ ਕੀਤੀ ਆ ਐਮਾਜ਼ਨ ਦੀ ਤਾਂ ਐਮਾਜ਼ਨ ਦੀ ਸਥਾਪਨਾ ਕਦੋਂ ਹੋਈ ਆ 1994 ਦੇ ਵਿੱਚ ਇਸ ਦਾ ਹੈੱਡਕੁਆਰਟਰ ਆ ਸੀਏਟਲ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਸੀਈਓ ਐਂਡ ਐਮਡੀ ਕੌਣ ਨੇ ਐਨ ਡੀ ਜੈਸੀ ਹਾਂਜੀ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ ਕਿ ਇਸ ਰਾਜ ਸਰਕਾਰ ਨੇ ਹਾਲ ਹੀ ਵਿੱਚ 2.5 ਲੱਖ ਜਲਦੁੱਤ ਨੂੰ ਸ਼ਾਮਿਲ ਕੀਤਾ ਹੈ ਹਾਂਜੀ 2 ਲੱਖ ਜਲਦੁੱਤ ਸ਼ਾਮਿਲ ਕੀਤੇ ਆ ਕਿਹੜੀ ਰਾਜ ਸਰਕਾਰ ਨੇ ਕੀਤੇ ਆ ਅਸਮ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜਲ ਸੁਰੱਖਿਆ ਦੇ ਨਾਲ ਸੰਬੰਧਿਤ ਮੁੱਦਿਆਂ ਤੇ ਜਾਗਰੂਕਤਾ ਫੈਲਾਉਣ ਦੇ ਲਈ ਅਸਮ ਸਰਕਾਰ ਨੇ 2.5 ਲੱਖ ਜਲਦੁੱਤ ਨੂੰ ਸ਼ਾਮਿਲ ਕੀਤਾ ਇਸ ਦੇ ਵਿੱਚ 9th ਅਤੇ 10th ਕਲਾਸ ਦੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਜਲਦ ਉਤ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਹੁਣ ਅਸਮ ਦੀ ਗਵਰਨਮੈਂਟ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੀ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਹਿਮਾਤਾ ਵੇਸ਼ਵ ਸ਼ਰਮਾ ਇੱਥੋਂ ਦੇ ਗਵਰਨਰ ਆ ਜਗਦੇਸ਼ ਮੁਖੀ ਅਸਮ ਦੇ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਆ ਇਹ ਇੱਕ ਸਿੰਘ ਵਾਲੇ ਗੈਂਡੇ ਦੇ ਲਈ ਫੇਮਸ ਆ ਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਪੂਰੇ ਇੰਡੀਆ ਦੇ ਵਿੱਚ ਇਕਲੌਤਾ ਨੈਸ਼ਨਲ ਪਾਰਕ ਆ ਜਿਹੜਾ ਕਿ ਸੈਟੇਲਾਈਟ ਫਾਰਮਸ ਦੇ ਨਾਲ ਕਨੈਕਟ ਹੋ ਚੁੱਕਿਆ ਹੈ ਅਸਮ ਦੇ ਵਿੱਚ ਮਾਨਸ ਨੈਸ਼ਨਲ ਪਾਰਕ ਆ ਨਾ ਮੇਰੀ ਨੈਸ਼ਨਲ ਪਾਰਕ ਆ ਉਰੰਗ ਨੈਸ਼ਨਲ ਪਾਰਕ ਆ ਡਿਬਰੂ ਸਿਕੋਵਾ ਨੈਸ਼ਨਲ ਪਾਰਕ ਆ ਰਾਇਮੋਨਾ ਨੈਸ਼ਨਲ ਪਾਰਕ ਆ ਦੇਹਿੰਗ ਪਟਕਾਈ ਨੈਸ਼ਨਲ ਪਾਰਕ ਆ ਇਹ ਸੱਤ ਨੈਸ਼ਨਲ ਪਾਰਕ ਅਸਮ ਦੇ ਵਿੱਚ ਤੇ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਤੀਜੇ ਨੰਬਰ ਤੇ ਆ ਪੂਰੇ ਇੰਡੀਆ ਦੇ ਵਿੱਚ ਪਹਿਲੇ ਤੇ ਕੌਣ ਮਾਧ ਪਰਦੇਸ਼ ਇਸ ਦੇ ਵਿੱਚ 10 ਨੈਸ਼ਨਲ ਪਾਰਕ ਆ ਦੂਜੇ ਤੇ ਆਂਡੇਮਾਨ ਨਿਕੋਬਰ ਇਸ ਦੇ ਵਿੱਚ 9 ਨਾਨੈਸ਼ਨਲ ਪਾਰਕ ਆ ਤੀਜੇ ਤੇ ਆ ਅਸਮ ਤੇ ਅਸਮ ਦੀ ਮਨੋਹਾਰੀ 골ਡ ਟੀ ਨੂੰ ਦੇਸ਼ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਚਾਹ ਘੋਸ਼ਿਤ ਕਰ ਦਿੱਤਾ ਭਾਰਤ ਦੇ ਵਿੱਚ ਸਭ ਤੋਂ ਵੱਧ ਚਾਹ ਅਸਮ ਦੇ ਵਿੱਚ ਹੀ ਪੈਦਾ ਹੁੰਦੀ ਹੈ ਪਹਿਲਾ ਜੈਨੇਟਿਕਲੀ ਮੋਡੀਫਾਈਡ ਰਵੜ ਦਾ ਪੌਦਾ ਅਸਮ ਦੇ ਵਿੱਚ ਲਗਾਇਆ ਗਿਆ ਇਸ ਨੂੰ ਰਵੜ ਰਿਸਰਚ ਇੰਸਟੀਚਿਊਟ ਆਫ ਇੰਡੀਆ ਨੇ ਲਾਂਚ ਕੀਤਾ ਤੇ ਅਸਮ ਸਰਕਾਰ ਨਾਮਜਮੇ ਬੱਚਿਆਂ ਦੀ ਮੌਤ ਨੂੰ ਰੋਕਣ ਲਈ ਪੋਰਟੇਬਲ ਡਿਵਾਈਸ ਸਾਹਸ ਦਾ ਪ੍ਰਯੋਗ ਕਰੇਗੀ ਅਸਮ ਰਾਜ ਸਰਕਾਰ ਨੇ ਵਿਦਿਆਰਥ ਸਕੂਲ ਔਨ ਵਿਲੇਜ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਪਵਨ ਕੁਮਾਰ ਬੋਰਠਾਕਰ ਨੂੰ ਅਸਮ ਦਾ ਨਵਾਂ ਮੁਖ ਸਕੱਤਰ ਨਿਯੁਕਤ ਕੀਤਾ ਗਿਆ ਮੋੱਖ ਮੰਤਰੀ ਵੱਲੋਂ 1000 ਮਾਡਲ ਆਂਗਣਵਾੜੀ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਉਰੰਗ ਨੈਸ਼ਨਲ ਪਾਰਕ ਨੂੰ ਦੂਜਾ ਸਾਲਾਨਾ ਇੰਟਰਨੈਸ਼ਨਲ ਰਿਜ਼ਰਵਰ ਅਵਾਰਡ 2022 ਮਿਲਿਆ ਅਸਮ ਦੇ ਮੱਖ ਮੰਤਰੀ ਨੇ ਮੂਲ ਗੁਣក្រਾਂਦੀ ਭਲਾਈ ਲਈ ਸਵਰਨ ਵੀਰ ਨਾਰੀ ਯੋਜਨਾ ਸ਼ੁਰੂ ਕੀਤੀ। ਇਹਨਾਂ ਤੁਸੀਂ ਯਾਦ ਰੱਖਣਾ ਅਸਮ ਦੇ ਬਾਰੇ ਤੇ ਅਸਮ ਦੇ ਲੋਕ ਨਾਚ ਇੰਪੋਰਟੈਂਟ ਆ। ਅਸਮ ਦੇ ਫੇਮਸ ਲੋਕ ਨਾਚਾ ਬੀਹੂ, ਜਗਰੂੰਬਾ, ਪੋਂਗਲ, ਚੂਮਰ। ਹਾਂਜੀ ਅਗਲਾ ਪ੍ਰਸ਼ਨ। ਹਾਲ ਹੀ ਵਿਚਾਰ ਗਾਂਧੀ ਨੂੰ ਕੇਸ ਬੈਂਕ ਦਾ ਪਾਰਟ ਟਾਈਮ ਚੇਅਰਮੈਨ ਨਿਯੁਕਤ ਕੀਤਾ ਗਿਆ। ਹਾਂਜੀ ਆਰ ਗਾਂਧੀ। ਇਹਨਾਂ ਨੂੰ ਜੈਸ ਬੈਂਕ ਦੇ ਪਾਰਟ ਟਾਈਮ ਚੇਅਰਮੈਨ ਅਪਾਇੰਟ ਕੀਤਾ ਗਿਆ ਇਹ ਆਰਬੀਆਈ ਦੇ ਡਿਪਟੀ ਗਵਰਨਰ ਰਹੇ ਆ ਤੇ ਹੁਣ ਜੈਸ ਬੈਂਕ ਦੇ ਪਾਰਟ ਟਾਈਮ ਚੇਅਰਮੈਨ ਨਿਯੁਕਤ ਕੀਤਾ ਗਿਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਜੈਸ ਬੈਂਕ ਜੈਸ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ 2004 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਆ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਸ தி ਸੀਈਓ ਕੌਣ ਨੇ ਪ੍ਰਸ਼ਾਂਤ ਕੁਮਾਰ ਕਿਸ ਰਾਜ ਨੂੰ ਹਾਲ ਹੀ ਵਿੱਚ ਭਾਰਤ ਦੀ ਪਹਿਲੀ ਅਵਲੈਂਚ ਮਾਨਿਟਰਿੰਗ ਰਡਾਰ ਮਿਲਿਆ ਸਹੀ ਮਿਲੀ ਹੈ ਜੀ ਸਿੱਕਮ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹ ਭਾਰਤ ਦਾ ਆਪਣਾ ਪਹਿਲਾ ਰਡਾਰਾ ਜੋ ਆਪਣੇ ਟ੍ਰਿਗਰ ਦੇ 3 ਸੈਕਿੰਡ ਦੇ ਵਿੱਚ ਹਰ ਇੱਕ ਇਨਫੋਰਮੇਸ਼ਨ ਨੂੰ ਪਤਾ ਲਗਾਉਣ ਦੀ ਕਪੈਸਿਟੀ ਰੱਖਦਾ ਠੀਕ ਹੈ ਹੁਣ ਅਸੀਂ ਗੱਲ ਕੀਤੀ ਹੈ ਸਿੱਕਮ ਦੀ ਤਾਂ ਸਿੱਕਮ ਸਰਕਾਰ ਨੇ ਅੰਮਾ ਅਤੇ ਬਹਿਣੀ ਯੋਜਨਾ ਸ਼ੁਰੂ ਕੀਤੀ ਆ ਸਿੱਕਮ ਦੇ ਸਾਬਕਾ ਮੁੱਖ ਮੰਤਰੀ ਬੀ ਬੀ ਗੁਰੂੰਗ ਦਾ ਦੇਹਾਂਤ ਦੇਹਾਂਤ ਹੋਇਆ ਸਿੱਕਮ ਸਥਾਪਨਾ ਦਿਵਸ 16 ਮਈ ਨੂੰ ਮਨਾਇਆ ਜਾਂਦਾ हाल ही ਵਿੱਚ ਐਮਜ਼ ਦਿੱਲੀ ਦੇ ਨਵੇਂ ਨਿਰਦੇਸ਼ਕ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਐਮਜ਼ ਦਿੱਲੀ ਦੇ ਨਵੇਂ ਨਿਰਦੇਸ਼ਕ ਵਜੋਂ ਅਪਾਇੰਟ ਕੀਤੇ ਗਏ ਆ ਕੌਣ ਹੋ ਗਿੱਤੇ ਗਏ ਆ ਡਾਕਟਰ ਸ੍ਰੀਨਿਵਾਸ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਡਾਕਟਰ ਐਮ ਸ੍ਰੀਨਿਵਾਸ ਠੀਕ ਹੈ ਤੇ ਐਮਜ਼ ਦਿੱਲੀ ਦੇ ਨਵੇਂ ਨਿਰਦੇਸ਼ਕ ਵਜੋਂ ਅਪਾਇੰਟ ਕੀਤੇ ਗਏ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ